പറഞ്ഞാ കത്ത്. ഓരോ പോഷണി കത്താണ് പണ്ട് കത്ത്. പണ്ട് രാജ ജഡം ശരീർ പണ്ട സാരി ഓ ജഡം പണ്ടോ രാജാനെ ഉള്ളത് പണ്ട് പോകുന്ന ബാബു ഒരു ജോഗനിക്ക് പോയാ ബിൽക്കുൽ ഗലത്ത്. ഓ വിഷ്ണു ഭക്തന് കൃഷ്ണനെ ജുടേതന് ശിവജി നാടോ സംബന്ധം കോയി നീ ਜੋ ਕਮਾਉਣ ਆਉਂਦਾ ਸ਼ਿਵ ਜੀ ਦਾ ਜੋਗੀ ਦਾ ਸ਼ਿਵ ਜੀ ਉਹ ਤਾਂ ਵਿਸ਼ਨੂੰ ਨਾਲ ਜੁੜੇ ਹੋਏ ਕ੍ਰਿਸ਼ਨ ਨਾਲ ਉਹਨਾਂ ਨੇ ਜੋ ਕਦ ਕਮਾਏ ਕਸਮਤ ਹੀ ਲਾਉਂਦਾ ਸੀ ਉਹ ਤਾਂ ਘਰੋਂ ਹੀ ਨਹੀਂ ਗਿਆ ਪੰਡਰਾਜ ਤਾਂ ਘਰੋਂ ਗਿਆ ਸਾਬਤ ਕਰਨ ਪੰਡਰਾਜ ਨੇ ਕਿਹਾ ਜੋ ਕਮਾਇਆ ਨਾ ਜੋ ਕਮਾਇਆ ਉਹਨਾਂ ਨੇ ਪਾਂਡੂਆਂ ਨੇ ਉਹ ਤਾਂ ਗਏ ਨੇ ਪਹਾੜ ਚ ਜਾਂਦੇ ਜਾਂਦੇ ਰਾਜੇ ਮਰਮੁਰ ਗਏ ਸਾਰੇ ਹੀ ਬਰਫ਼ ਚ ਨਾ ਉਹਨਾਂ ਨੇ ਜੋ ਕਮਾਇਆ ਨਾਲੇ ਪੰਡਰਾਜ ਤਾਂ ਉਹਨੇ ਬਾਪ ਤਾ ਪੰਡਰਾਜ ਉਹਨਾਂ ਦੇ ਬਾਪ ਨੂੰ ਕਹਿ ਸਕਦੇ ਹੋ ਤੁਸੀਂ ਜੇ ਕਹਿ ਸਕਦੇ ਹੋ ਉਹਨਾਂ ਨੂੰ ਵੀ ਜੇ ਉਹਨਾਂ ਦੇ ਅਰਥ ਕਰਨੇ ਪੰਡਰਾਜ ਉਹਨਾਂ ਦੇ ਬਾਪ ਹੈ ਇਹ ਪਾਂਡੋ ਪੁੱਤਰ ਨੇ ਇਹਨਾਂ ਦਾ ਨਾਮ ਇਤਿਹਾਸ ਪੜ੍ਹ ਕੇ ਦੇਖੋ ਪਾਂਡੋ ਪੁੱਤਰ ਕਿਹਾ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਕਿਵੇਂ ਜੋੜਤਾ ਲਿਆ ਕੇ ਇਹ ਪੰਡਿਤ ਨੇ ਸ਼ਰਾਰਤ ਕੀਤੀ ਹੋਈ ਹੈ ਸ਼ਰਾਰਤ ਪੰਡਿਤ ਨੇ ਕੀਤੀ ਸੀ ਬੁੱਝਣੀ ਅਸੀਂ ਸੀ ਬਈ ਬੁੱਝਣੀ ਅਸੀਂ ਸੀ ਸ਼ਰਾਰਤ ਪੰਡਿਤ ਨੇ ਕੀਤੀ ਸੀ ਤੁਸੀਂ ਅੱਡੀ ਨਫ਼ਰਤ ਕਰਤੀ ਤੇ ਮੂਰਖ ਹੋਏ ਨਾ ਫਿਰ ਕੋਈ ਸ਼ਰਾਰਤ ਕਰਕੇ ਤੁਹਾਨੂੰ ਉਲਟੇ ਰਾਹ ਪਾ ਦੇਵੇ ਤੇ ਫਿਰ ਸ਼ਰਾਰਤ ਕਰਨ ਵਾਲਾ ਸਿਆਣਾ ਹੋਇਆ ਤੁਸੀਂ ਮੂਰਖ ਹੋਏ ਤੁਸੀਂ ਤਾਂ ਪੰਡਿਤ ਨੂੰ ਵੀ ਮੂਰਖ ਹੋ ਪੰਡਿਤ ਨੂੰ ਮੂਰਖ ਬਾਣੀ ਕਹਿੰਦੀ ਆ ਪੰਡਿਤ ਨੂੰ ਮੂਰਖ ਤੁਸੀਂ ਹੋ ਸਾਡੇ ਵਿਦਵਾਨ ਪੰਡਿਤ ਨੂੰ ਵੀ ਮੂਰਖ ਨੇ ਵਾਣੀ ਪੰਡਿਤ ਗੁਰਮੁਖ ਪੰਡਿਤ ਨੂੰ ਮੂਰਖ ਲੈਂਦੇ ਨੇ ਪਰ ਪੰਡਿਤਾਂ ਨੇ ਮੂਰਖ ਵਿਦਵਾਨ ਬਣਾਏ ਹੋਏ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਇਹਦਾ ਪੰਡਿਤਾਂ ਨੂੰ ਵੀ ਥੱਲੇ ਨੇ ਜਿਹਨੂੰ ਪੰਡਿਤ ਮੂਰਖ ਬਣਾ ਗਿਆ ਜਿਹਨੂੰ ਮੂਰਖ ਮੂਰਖ ਬਣਾ ਜਾਵੇ ਉਹ ਕਿੱਥੇ ਖੜੇ ਨੇ ਜਿਹਨੂੰ ਅਸੀਂ ਮੂਰਖ ਕਹਿੰਦੇ ਹਾਂ ਉਹਨਾਂ ਨੇ ਇਹਨਾਂ ਨੂੰ ਮੂਰਖ ਬਣਾਤਾ ਤਾਂ ਇੱਕ ਡਿਗਰੀ ਹੋਰ ਥੱਲੇ ਨੇ ਖੜੇ ਮਹਾਂਮੂਰਖ ਨੇ ਮਹਾਂਮੂਰਖ ਮੂਰਖ ਤਾਂ ਵੱਡਾ ਨੇ ਫਿਰ ਮਹਾਂਮੂਰਖ ਹੋ ਸਕਦਾ ਪੰਡਤਾਂ ਨੂੰ ਜ਼ਿਆਦਾ ਮੂਰਖ ਨੇ ਤਹਿ ਹਮ ਅਧਿਕ ਤਪੱਸਿਆ ਸਾਧੀ ਤਹਿ ਹਮ ਅਧਿਕ ਤਪੱਸਿਆ ਸਾਧੀ ਹਿਰਦੇ ਚ ਟਿਕ ਕੇ ਅਸੀਂ ਭਰਮ ਦੇ ਆਂਡੇ ਚ ਟਿਕ ਕੇ ਅਸੀਂ ਬਹੁਤ ਦੇਰ ਤੇ ਚ ਸੁਖ ਲਿਆ ਤਪੱਸਿਆ ਸਾਧੀ ਸਮਝ ਉੱਥੇ ਸਮਝ ਹਾਸਲ ਕੀਤੀ ਹੈ ਸਮਝ ਹਾਸਲ ਕੀਤੀ ਹੈ ਸਮਝ ਮਹਾਕਾਲ ਕਾਲਕਾ ਅਰਾਧੀ ਮਹਾਕਾਲ ਔਰ ਕਾਲਕਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪਣੇ ਮਾਤਾ ਪਿਤਾ ਦੀ ਅਰਾਧਨਾ ਕੀਤੀ ਹੈ ਆਪਣੇ ਮਾਤਾ ਪਿਤਾ ਕੌਣ ਹੈ ਜੋਤ ਦੇ ਲੈਵਲ ਤੇ ਮਹਾਕਾਲ ਔਰ ਕਾਲਕਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਉਹਨੇ ਕਹਾ ਮਹਾਕਾਲ ਕਾਲਕਾ ਤਾਂ ਮੇਰਾ ਛੁਟਕਾਰਾ ਨੀ ਕਿਸੇ ਦੇਵੀ ਦੇਵਤੇ ਦੀ ਅਰਾਧਨਾ ਨੀ ਕੀਤੀ ਮਹਾਕਾਲ ਕੌਣ ਹੁੰਦਾ ਜਿਹੜਾ ਸ਼ਿਵ ਜੀ ਦਾ ਵੀ ਕਾਲ ਹੈ ਹੁਕਮ ਦੇ ਵਿੱਚ ਅਸੀਂ ਜੁੜੇ ਰਹੇ ਉੱਥੇ ਜਿਹੜੀ ਤਪੱਸਿਆ ਸਾਧੀ ਹੈ ਨਾ ਸਮਝੀ ਹੈ ਉਹ ਸਮਝੀ ਹੋਈ ਉਹ ਲਿਖੀ ਹੈ ਪਿੱਛੇ ਫੋਕਟ ਧਰਮ ਨੇ ਸਾਰੇ ਉੱਥੇ ਹੀ ਸਮਝੀਏ ਬੈਠ ਕੇ ਜਿਹੜੀ ਸਮਝੀਏ ਦੱਸੀ ਨੀ ਹੋਈ ਪਿੱਛੇ ਫੋਕ ਜਿਹੜੇ ਸਾਰੀਆਂ ਮਤਾਂ ਦੀ ਜਿਹੜੀ ਆ ਕੀਤੀ ਹੈ ਨਾ ਇਹੀ ਰਹਦੀ ਹੈ ਉੱਥੇ ਸਮਝੀਏ ਬੈਠ ਕੇ ਤਰੇਤੇ ਚ ਇੱਥੇ ਦੇਖ ਕੇ ਵੀ ਇਹ ਵੀ ਪਾਗਲ ਨੇ ਉਹ ਵੀ ਪਾਗਲ ਨੇ ਉਹ ਵੀ ਪਾਗਲ ਨੇ ਉਹ ਵੇਖੇ ਉੱਥੋਂ ਉਹਨਾਂ ਨੂੰ ਇੱਥੇ ਦੀਦਾ ਇਹਨਾਂ ਨੂੰ ਉਹ ਨੀ ਦੀਦੇ ਤਰੇਤੇ ਵਾਲੇ ਸਾਨੂੰ ਦੇਖਦੇ ਨੇ ਸਾਨੂੰ ਅਸੀਂ ਤਰੇਤੇ ਵਾਲਿਆਂ ਨੂੰ ਨੀ ਦੇਖਦੇ ਮੈਂ ਜਿਹੜੇ ਬਾਹਰ ਦੇਖਦੇ ਨੇ ਬੈਠੇ ਜਿਹੜੇ ਖੇਡ ਰਹੇ ਨੇ ਬਾਹਰਲਿਆਂ ਨੂੰ ਉਹਨਾਂ ਨੂੰ ਪਤਾ ਸਾਨੂੰ ਕੌਣ ਕੌਣ ਕਿਵੇਂ ਦੇਖ ਰਿਹਾ ਉਹ ਤਾਂ ਆਪਣਾ ਖੇਲਣ ਧਿਆਨ ਹੈ ਖੇਲਣ ਦਾ ਖੇਡਣ ਧਿਆਨ ਹੈ ਉਹ ਦੇਖ ਰਹੇ ਨੇ ਅਸੀਂ ਖੇਡ ਰਹੇ ਹਾਂ ਕਾਲ ਕਾਲਕਾ ਅਰਾਧੀ ਮਹਾਕਾਲ ਕਾਲਕਾ ਵੀ ਉੱਥੇ ਰਹਿੰਦੀ ਹੈ ਉੱਥੇ ਤੱਕ ਚਲੇ ਗਏ ਕਾਲਕਾ ਕੀ ਮਹਾਕਾਲ ਕਾਲਕਾ ਕਾਲਕਾ ਪਿਤਾ ਉਹੀ ਮਹਾਕਾਲ ਦਾ ਉਹੀ ਕਾਲਕਾ
ਜੇ ਪੁਰਖ ਵਾਚਕ ਕਹਿ ਦੀਏ ਤਾਂ ਮਹਾਕਾਲ ਹੈ, ਜੇ ਮਾਂ ਕਹਿ ਦੀਏ ਤਾਂ ਕਾਲਕਾ ਹੈ। ਪਿਤਾ ਮਾਤਾ ਇੱਕਦਾ ਹੀ ਨੋ ਦੋਏ, ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ, ਦੋ ਨੀ ਹਨ ਨੋ ਦੋ ਲੱਗਦੇ ਨੇ ਸਾਨੂੰ, ਨੋ ਤੋਂ ਦੋ, ਤਾਂ ਹੀ ਮੇਰਾ ਮਾਤਾ ਕਿਹਾ ਨਾ, ਮੇਰੀ ਮਾਤਾ ਨੀ ਕਿਹਾ। ਇਹ ਵਿਦ ਕਰਤ ਤਪੱਸਿਆ ਭਇਓ, ਜਦ ਇਸ ਤਰੀਕੇ ਨਾਲ ਮੈਂ ਤਪੱਸਿਆ ਕਰ ਰਿਹਾ ਸੀ, ਉੱਥੇ ਬੈਠਾ ਸੁਰਗ ਲੋਕ ਦੇ ਵਿੱਚ ਸਮਝ ਰਿਹਾ ਸੀ, ਸਾਰਿਆਂ ਦੀ ਦ੍ਰਿਸ਼ਟੀ ਸੀ ਇੱਥੇ, ਧਰਮ ਦੇ ਖੇਤਰ ਦੇ ਵਿੱਚ ਸਾਰਿਆਂ ਦੇ ਨਿਗਾਹ ਸੀ, ਕੋਈ ਕੀ ਕਰ ਰਿਹਾ, ਕਿਉਂ ਨੀ ਲੋਕ ਨਿਕਲ ਰਹੇ ਫਸੇ ਹੋਏ, ਕਿੱਥੇ ਗਲਤੀ ਕੋਈ ਕਰ ਰਿਹਾ, ਉੱਥੇ ਦੀ ਗੱਲ ਸਮਝੀ ਹੋਈ ਇੱਥੇ ਦੱਸੀ ਹੈ, ਜੋ ਪਹਿਲਾਂ ਸਮਝੀ ਉਹੀ ਦੱਸੀ ਹੈ। ਪੜ੍ਹਾਈ ਕੀਤੀ ਹੈ, ਬਹਿ ਕੇ ਪੜ੍ਹਾਈ ਉੱਥੇ ਕੀਤੀ ਹੈ, ਜਿਹੜੀ ਇੱਥੇ ਦੱਸੀ ਹੈ, ਹੁਣ ਪੜ੍ਹਾਈ ਕਿਤੋਂ ਕਰਕੇ ਹੀ ਗਿਆਨ ਹੁੰਦਾ, ਇਹ ਉੱਥੇ ਪੜ੍ਹਾਈ ਕੀਤੀ ਹੈ ਕਹਿੰਦੇ ਅਸੀਂ, ਹੁਣ ਤਾਂ ਦੱਸਦੀ ਇੱਥੇ ਆ ਕੇ ਤਾਂ ਤ੍ਰਿਥੇ ਚ, ਹਾਂ ਤ੍ਰਿਥੇ ਚ, ਤ੍ਰਿਥੇ ਚ ਪੜ੍ਹਾਈ, ਜਦ ਉਹ ਕਮੈਂਟਰੀ ਦੇਖਣ ਵਾਲੇ ਕਰਦੇ ਨੇ ਵੀ ਉਹਨੇ ਫਲਾਣੇ ਨੇ ਗਲਤੀ ਕੀਤੀ, ਉਹਨੂੰ ਉਹ ਬਾਲ ਛੱਡ ਦੇਣੀ ਚਾਹੀਦੀ ਸੀ, ਐਸੀ ਬਾਲ ਸੀ ਉਹਨੇ ਨਹੀਂ ਛੱਡੀ, ਉਹ ਟੱਚ ਕਰਕੇ ਕਹਾਂ ਅਗਲੇ ਨੇ ਕੈਚ ਕਰ ਲਈ, ਗਲਤੀ ਦੇਖਣ ਵਾਲੇ ਦੱਸਦੇ ਨੇ ਨਾ, ਖੇਡਣ ਵਾਲੇ ਤਾਂ ਗਲਤੀ ਹੋ ਰਹੀ ਹੈ, ਦੇਖਣ ਵਾਲਾ ਕਮੈਂਟਰੀ ਕਰ ਰਿਹਾ, ਦੇਖਣ ਵਾਲਾ ਹੀ ਕਮੈਂਟਰੀ ਕਰਦਾ ਹੁੰਦਾ, ਸਿੱਖਦਾ ਹੁੰਦਾ ਕੁਛ ਉਹਦੀਆਂ ਗਲਤੀਆਂ, ਕੋਚ ਵੀ ਤਾਂ ਦੇਖ ਰਿਹਾ ਉਹਨਾਂ ਗਲਤੀਆਂ ਦੱਸਦਾ ਪਿੱਛੋਂ ਵੀ ਤਾਂ ਇਹ ਗਲਤੀ ਕੀਤੀ ਉਹ ਕੀਤੀ, ਗਲਤੀਆਂ ਤਾਂ ਸਿੱਖਿਆ ਲਈ ਦੀ ਹੁੰਦੀਆਂ, ਗਲਤੀ ਕੋਈ ਕਰਦਾ ਸਿੱਖਿਆ ਕੋਈ ਲੈਂਦਾ। ਦਵੈਤੇ ਏਕ ਰੂਪ ਹੋਇਆ ਗਏ, ਬਸ ਉਹਨਾਂ ਦੀਆਂ ਗਲਤੀਆਂ ਫੜਦਾ ਫੜਦਾ ਹੀ ਦਵੈਤ ਇੱਕ ਰੂਪ ਹੋ ਗਿਆ, ਦੇਖ ਕੇ ਹੀ ਸਿਆਣਾ ਹੋ ਗਿਆ, ਦੂਜੇ ਦੀਆਂ ਗਲਤੀਆਂ ਨੂੰ ਦੇਖ ਕੇ ਸਿਆਣਾ ਹੋ ਜਾਣਾ ਹੋਰ ਗੱਲ ਹੈ, ਆਪਣੀਆਂ ਗਲਤੀਆਂ ਕਰਕੇ ਸਿਆਣਾ ਹੋਰ ਤਾਤ ਮਾਤ ਮੁਰ ਅਲਖ ਅਰਾਧਾ। ਇੱਧਰ ਸੰਸਾਰ ਦੇ ਵਿੱਚ ਦੇਖੋ, ਸੰਸਾਰ ਦੇ ਵਿੱਚ ਤਾਤ ਮਾਤ ਕਿਹਾ, ਹੁਣ ਮਾਤਾ ਪਿਤਾ ਨੀ ਕਿਹਾ, ਸੰਸਾਰ ਦੇ ਬਾਪ ਨੂੰ ਤਾਤ ਕਹਿਤਾ, ਮਾਤਾ ਦੀ ਜਗ੍ਹਾ ਮਾਤ ਕਹਿਤਾ, ਰੱਬ ਨੂੰ ਵਰਤਤੇ। ਇੱਧਰ ਤਾਤ ਮਾਤ ਸੀ ਜਿਹੜੇ ਹੁਣ ਸੰਸਾਰੀ, ਇਹਨਾਂ ਨੇ ਅਲਖ ਨੂੰ ਅਰਾਧਿਆ, ਇਹਨਾਂ ਦੀ ਇਹ ਤਾਂ ਅਲਖ ਨਾਲ ਜੁੜੇ ਹੋਏ ਥੇ ਹੀ, ਵੀ ਹੁਣ ਗਾਹਾਂ ਦੀ ਜ਼ਿੰਮੇਵਾਰੀ ਜਿਹੜੀ ਕਰਨੀ ਹੈ ਉਹ ਕਿਹਨੂੰ ਦੇਣੀ ਹੈ, ਤਾਂ ਇਹ ਕਿਵੇਂ ਚੱਲੂ ਗੱਡੀ, ਸਮਾਂ ਕਿਹੋ ਜਿਹਾ ਆਉਂਦਾ, ਉਹਨੂੰ ਸਮੇਂ ਆਉਣ ਵਾਲੇ ਸਮੇਂ ਦਾ ਵੀ ਪਤਾ ਸੀ, ਸਮੇਂ ਦਾ ਪਤਾ ਸੀ, ਆਉਣ ਵਾਲੇ ਦਾ ਸਭ ਪਤਾ ਸੀ, ਇਹ ਪਤਾ ਹੁੰਦਾ ਹੀ ਹੈ, ਮੂਰਖਾਂ ਨੂੰ ਮੰਨਣ ਚਾਹੇ ਨਾ ਮੰਨਣ ਵਾਲੇ ਮੂਰਖਾਂ ਨੂੰ ਮਨਾ ਕੇ ਅਸੀਂ ਲੈਣਾ ਕੀ ਹੈ। ਬਹੁ ਵਿਧੀ ਯੋਗ ਸਾਧਨ ਸਾਧਾ, ਬਹੁ ਵਿਧੀ ਯੋਗ ਸਾਧਨ ਉਹਨਾਂ ਦੇ ਜੁੜ ਕੇ ਪਰਮੇਸ਼ਰ ਨਾਲ ਸਾਧਨਾ ਸਾਧਾ, ਹਾਂ ਅਗਲਾ ਸਮਾਂ ਪਰਖਿਆ ਉਹਨਾਂ ਨੇ ਸਾਧਿਆ ਕੀ ਹੋਊਗਾ, ਕਿਵੇਂ ਹੋਣਾ ਚਾਹੀਦਾ। ਤਿੰਨ ਜੋ ਕਰੀ ਅਲੱਖ ਕੀ ਸੇਵਾ, ਉਹਨਾਂ ਨੇ ਐਸੀ ਸੇਵਾ ਅਲੱਖ ਦੀ ਕੀਤੀ, ਅਲੱਖ ਦੀ ਸੇਵਾ ਕੀਤੀ ਹੈ, ਕਿਸੇ ਬੰਦੇ ਦੀ ਨੀ ਕੀਤੀ ਹੈ। ਤਾਤੇ ਭਏ ਪ੍ਰਸੰਨ ਗੁਰਦੇਵਾ, ਉਹਦਾ ਪਰਮੇਸ਼ਰ ਪ੍ਰਸੰਨ ਹੋਇਆ। ਤਿੰਨ ਪ੍ਰਭ ਜਬ ਆਇਸ ਮੋਹ ਦੀਆ, ਫੇਰ ਕਹਿੰਦੇ ਮੈਨੂੰ ਆਇਸ ਦਿੱਤਾ, ਉਦੋਂ ਤੱਕ ਇਹਨਾਂ ਦਾ ਰਿਸ਼ਤਾ ਕੋਈ ਨੀ ਹੈ ਆਤਮਾ ਚ, ਆਤਮਾ ਦਾ ਕੀ ਰਿਸ਼ਤਾ ਹੁੰਦਾ। ਤਬ ਹਮ ਜਨਮ ਕਲੂ ਮਹਿਲੀ, ਤਬ ਜਨਮ ਕਲੂ ਮਿਲੇ, ਉਹਨਾਂ ਨੇ ਕਿਹਾ ਹੁਣ ਆਉਣ ਵਾਲਾ ਸਮਾਂ ਇਹੋ ਜਿਹਾ ਨੀ ਹੈ, ਜੜੇ ਖੜੇ ਨੇ ਗੱਡੀ ਦੇ ਕੰਨਿਆਂ ਤੇ ਨੀ ਚੱਲਣੀ ਗੱਲ, ਜੜੇ ਖੜੇ ਦੇ ਕੰਨਿਆਂ ਤੇ ਨੀ ਚੱਲਣੀ, ਹੁਣ ਤੂੰ ਆਪ ਹੀ ਕੋਈ ਤਾਂ ਫਿਰ ਇਹਨੂੰ ਭੇਜੇ। ਚਿਤਨਾ ਭਇਓ ਹਮਰੋ ਆਵਣ ਕਹਿ, ਹਾਂ ਹੁਣ ਐਨ ਡਿਊਟੀ ਲੱਗਦੀ ਹੈ ਕਿਸੇ ਦੀ, ਜਿਵੇਂ ਰਾਜਾ ਹੈ, ਰਾਜੇ ਦੇ ਬਹੁਤ ਸਾਰੇ ਸੈਨਾਪਤੀ ਹੁੰਦੇ ਨੇ, ਅਹਿਲਕਾਰ ਹੁੰਦੇ ਨੇ, ਕਿਸੇ ਮੁਹਿੰਮ ਤੇ ਰਾਜੇ ਨੇ ਭੇਜਣਾ, ਜਿਹੋ ਜਿਹਾ ਮੁਹਿੰਮ ਹੋ ਜਾ ਆਦਮੀ ਕਾਬਲ ਭੇਜਣਾ ਪਊਗਾ,
ਜੇ ਹੁਣ ਗਿੱਦੜ ਹੋਊਗਾ ਸ਼ੇਰ ਦਾ ਸਮਾਨ ਦੇ ਕੇ ਭੇਜਣਾ ਪੈਂਦਾ ਤਾਂ ਫਿਰ ਉਹਨਾਂ ਦੀ ਮੇਰੇ ਤੇ ਨਿਗਾਹ ਆ ਗਈ ਜਿਤਨਾ ਭਇਓ ਹਮਰੋ ਆਵਣ ਕਹਿ ਮੇਰੇ ਮੇਰਾ ਚਿੱਤ ਨਹੀਂ ਸੀ ਕਰਦਾ ਉੱਥੋਂ ਆਰਾਮ ਚ ਬੈਠੇ ਸੀ ਇੰਨਾ ਆਰਾਮ ਸੀ ਇੱਥੇ ਆ ਕੇ ਇੱਥੇ ਆ ਕੇ ਤਾਂ ਸਾਰਾ ਫਿਰ ਉਹਨਾਂ ਦੇ ਜਾਵੇ ਚ ਪੈਣੇ ਪੈਣੇ ਸੀ ਨਾ ਸੰਸਾਰੀ ਜੀਵਨ ਚੁਭੀ ਰਹੀ ਸੁਰਤ ਪ੍ਰਭ ਚਰਨ ਹੈ ਮੇਰੀ ਤਾਂ ਸੁਰਤੀ